ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਲੀਡਰਸ਼ਿਪ ਚੇਂਜ ਹੋਇਆ। ਗੌਰਵ ਯਾਦਵ ਆਫੀਸ਼ੀਏਟਿੰਗ ਡੀਜੀਪੀ ਬਣੇ ਨੇ ਤੇ ਕੱਲ ਉਹਨਾਂ ਨੇ ਆਪਣੀ ਜੋ ਪ੍ਰਾਇੋਰਟੀਜ਼ ਨੇ ਉਹ ਜ਼ਾਹਿਰ ਕੀਤੀਆਂ। ਡਰੱਗਸ ਤੇ ਗੈਂਗਸਟਰਸ ਜਿਹੜੇ ਨੇ ਉਹਨਾਂ ਤੇ ਉਹਨਾਂ ਨੂੰ ਚੈੱਕ ਕਰਨਾ। ਬੇਸਿਕਲੀ ਸਾਡੇ ਨਾਲ ਆਈਜੀ ਹੈੱਡਕੁਆਰਟਰਸ ਨੇ ਸੁਖਚੈਨ ਸਿੰਘ ਗਿੱਲ, ਉਹਨਾਂ ਨਾਲ ਗੱਲ ਕਰਦੇ ਨੇ ਡਰੱਗਸ ਨੂੰ ਲੈ ਕੇ ਕੀ ਕੀ ਪ੍ਰਾਇੋਰਟੀਜ਼ ਨੇ। ਸਭ ਪਹਿਲੇ ਤਾਂ ਡਰੱਗਸ ਨੂੰ ਲੈ ਕੇ ਕੀ ਕੀ ਤੁਹਾਡੀ ਫੋਰਸ ਜਿਹੜੀ ਹੈ ਹੁਣ ਕਿੱਦਾਂ ਪ੍ਰਾਇੋਰਟੀਜ਼ ਕਰ ਰਹੀ ਹੈ ਕਿ ਆਪਾਂ ਡਰੱਗਸ ਦਾ ਜਿਹੜਾ ਮੈਨੇਸ ਹੈ ਉਸਨੂੰ ਚੈੱਕ ਕਰਨਾ ਹੈ? ਦੇਖੋ, ਮਾਨਯੋਗ ਸੀਐਮ ਸਾਹਿਬ ਦਾ ਬਹੁਤ ਸਖਤ ਹਦਾਇਤਾਂ ਨੇ ਕਿ ਪੰਜਾਬ ਨੂੰ ਡਰੱਗ ਫਰੀ ਬਣਾਉਣਾ ਹੈ। ਇਸੇ ਤਰ੍ਹਾਂ ਡੀਜੀਪੀ ਸਾਹਿਬ ਵੱਲੋਂ ਇੱਕ ਇਨੀਸ਼ੀਏਟਿਵ ਲਿਆ ਗਿਆ ਕਿ ਇੱਕ ਪਰਫੋਰਮੈਂਸ ਰਿਵਿਊ ਹੋਣਾ ਚਾਹੀਦਾ ਹਰ ਹਫ਼ਤੇ। ਸਾਰੇ ਹੀ ਜਿਹੜਾ ਜ਼ਿਲ੍ਹਾ ਮੁਖੀ ਹੈ, ਚਾਹੇ ਉਹ ਕਮਿਸ਼ਨਰੇਟਸ ਨੇ ਚਾਹੇ ਉਹ ਐਸਐਸਪੀਜ਼ ਨੇ, ਉਸੇ ਤਹਿਤ ਅੱਜ ਅਸੀਂ ਇੱਕ ਐਨਾਲਾਈਜ਼ ਕੀਤਾ ਸੀਗਾ ਪਿਛਲੇ ਹਫ਼ਤੇ ਦੀ ਪਰਫੋਰਮੈਂਸ ਕੀ ਆ, ਔਰ ਉਹਦੇ ਤਹਿਤ 667 ਟੋਟਲ ਡਰੱਗ ਸਮਗਲਰ ਉਬਲੀਕ ਪੈਡਲਰ ਜਿਹੜੇ ਅਰੈਸਟ ਕੀਤੇ ਗਏ, ਜਿਨ੍ਹਾਂ ਦੇ ਖਿਲਾਫ਼ 579 FIR ਜਿਹੜੀਆਂ ਨੇ ਉਹ ਦਰਜ ਕੀਤੀਆਂ ਗਈਆਂ, ਜਿਹ 'ਚ ਕਾਫ਼ੀ ਹੈਵੀ ਕੁਆਂਟਿਟੀ ਦੇ ਵਿੱਚ ਰਿਕਵਰੀ ਹੋਈ ਹੈ। ਔਰ ਇਹ ਉਪਰਾਲਾ ਜਿਹੜਾ ਹੈ, ਜਿਹੜੀ ਇਹ ਐਨਾਲਿਸਿਸ ਆ ਪਰਫੋਰਮੈਂਸ ਦਾ, ਇਹ ਹਰ ਹਫ਼ਤੇ ਹੁਣ ਹੋਇਆ ਕਰੇਗਾ। ਹਰ ਹਫ਼ਤੇ ਇਹਨੂੰ ਐਨਾਲਾਈਜ਼ ਕੀਤਾ ਜਾਏਗਾ ਔਰ ਉਸ ਪਰਫੋਰਮੈਂਸ ਦੇ ਬੇਸ 'ਤੇ ਵੀ ਜੱਜ ਕੀਤਾ ਜਾਏਗਾ। ਔਰ ਉਹ ਪਰਫੋਰਮੈਂਸ ਹੈੱਡਕੁਆਰਟਰ ਤੋਂ ਤਾਂ ਜ਼ਿਲ੍ਹਾ ਵਾਈਜ਼ ਹੋਏਗੀ। ਜ਼ਿਲ੍ਹੇ ਵਾਲੇ ਜਿਹੜੇ ਔਫਿਸਰ ਨੇ ਉਹ ਥੱਲੇ ਆਪਣੇ DSP SHO ਚੌਕੀ ਇੰਚਾਰਜ ਤੱਕ ਐਨਾਲਾਈਜ਼ ਕਰਨਗੇ। ਔਰ ਇਹਦਾ ਇੱਕ ਇੰਪੈਕਟ ਜਿਹੜਾ ਹੈ, ਇਹ ਜਿਹੜਾ ਇਨੀਸ਼ੀਏਟਿਵ ਆਪਾਂ ਲਿਆ ਵਾ, ਇਹਦਾ ਇੰਪੈਕਟ ਗਰਾਊਂਡ ਲੈਵਲ 'ਤੇ ਨਜ਼ਰ ਆਏਗਾ ਪਬਲਿਕ ਦੇ ਵਿੱਚ। ਕਾਇੰਡ ਆਫ ਅਪਰੇਜ਼ਲ ਜਿਹੜਾ ਸ਼ੁਰੂ ਕੀਤਾ ਹੈ, ਇਸ ਦੇ ਮਤਲਬ ਕੀ ਕੰਟੈਕਸਟ ਹੋਣਗੇ, ਇਸ ਦੇ ਕਿੱਦਾਂ ਅਪਰੇਜ਼ਲ ਕਰਨਾ ਹੈ ਤੁਸੀਂ? ਕਿੰਨੇ ਅਰੈਸਟ ਹੋਏ ਨੇ, ਕਿੰਨੀ ਰਿਕਵਰੀ ਹੋਈ ਹੈ? ਅਗਰ ਜ਼ਿਆਦਾ ਰਿਕਵਰੀ ਹੁੰਦੀ ਹੈ ਕਿਸੇ ਏਰੀਆ ਦੇ ਵਿੱਚ ਤਾਂ ਉਸਨੂੰ ਰਿਵਾਰਡ ਮਿਲੇਗਾ, ਜਾਂ ਇਹ ਸਮਝਿਆ ਜਾਏਗਾ ਕਿ ਇਹ ਜ਼ਿਆਦਾ ਏਰੀਆ ਜਿਹੜਾ ਜ਼ਿਆਦਾ ਡਰੱਗਸ ਨੂੰ ਲੈ ਕੇ ਵਲਨਰੇਬਲ ਹੈ? ਦੇਖੋ, ਜਿਹੜਾ ਜਦੋਂ ਆਪਾਂ ਅਨੈਲਿਸਿਸ ਕਰਦੇ ਹਾਂ ਨਾ ਜੀ, ਇੱਕ ਤਾਂ ਕੁਆਂਟਿਟੀ ਦੇ ਫੋਰਮ 'ਚ ਹੁੰਦਾ ਹੈ ਕੀ ਰਿਕਵਰੀਜ਼ ਹੋਈਆਂ, ਦੂਜਾ ਪਰਸੈਪਸ਼ਨ ਵੀ ਇੱਕ ਹੁੰਦੀ ਹੈ ਪਬਲਿਕ ਦੀ। ਸੋ ਦੋਨੇ ਚੀਜ਼ਾਂ ਜਿਹੜੀਆਂ ਐਨਾਲਾਈਜ਼ ਕੀਤੀਆਂ ਜਾਣਗੀਆਂ, ਰਿਕਵਰੀਜ਼ ਕੀ ਹੋਈਆਂ, ਪਬਲਿਕ ਪਰਸੈਪਸ਼ਨ ਕੀ ਹੈ, ਕਿਉਂਕਿ ਪਬਲਿਕ ਤੋਂ ਫੀਡਬੈਕ ਤਾਂ ਪਬਲਿਕ ਤੋਂ ਤਦ ਹੀ ਆਉਂਦਾ ਕਿ ਜੇ ਹੁਣ ਆਪਾਂ ਭਾਵੇਂ ਦੀ ਜਿੰਨੀ ਮਰਜ਼ੀ ਡਰੱਗ ਫੜ ਲਈਏ ਕਿਸੇ ਪਰਟੀਕੁਲਰ ਏਰੀਆ ਤੋਂ, ਜੇ ਲੋਕ ਕਹਿ ਰਹੇ ਅਜੇ ਵੀ ਪ੍ਰੋਬਲਮ ਹੈਗੀ ਆ, ਤਾਂ ਉਹ ਇਹਦਾ ਮਤਲਬ ਕਈ ਵਾਰੀ ਗਰਾਊਂਡ ਲੈਵਲ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ। ਸੋ ਕੁਆਂਟਿਟੀ ਦੀ ਫੋਰਮ 'ਚ ਵੀ ਲਿਆ ਜਾਏਗਾ ਕਿ ਕੁਆਂਟਿਟੀ ਵਾਈਜ਼ ਕੀ ਰਿਕਵਰੀ ਆ। ਉਹਦੇ ਵਿੱਚ ਕਈ ਤਰ੍ਹਾਂ ਦੇ ਆਉਂਦੇ, ਰਿਕਵਰੀ ਆਫ ਡਰੱਗਸ ਵੀ ਆਉਂਦੀ ਆ, ਡਰੱਗਸ ਨਾਲ ਰਿਲੇਟਡ PO ਕਿੰਨੇ ਫੜੇ ਉਹ ਵੀ ਆਉਂਦੇ ਆ, ਪ੍ਰੋਪਰਟੀ ਜਿਹੜੀ ਵੱਡੇ ਸਮਗਲਰਸ ਦੀ ਕਿੰਨੀ ਫੋਰਫਿਟ ਕਰਾਈ ਗਈ ਉਹ ਵੀ ਆਉਂਦੀ ਆ, ਔਰ ਈਵਨ ਜਿਹੜੇ ਕੇਸਿਸ ਡਰੱਗਸ ਦੇ ਅੰਡਰ ਟ੍ਰਾਇਲ ਨੇ ਉਹਦੇ ਵਿੱਚ ਸਜ਼ਾ ਦਿਵਾਉਣ ਲਈ ਕੀ ਉਪਰਾਲੇ ਕੀਤੇ ਗਏ ਉਹ ਵੀ ਆਉਂਦੇ ਆ। ਸੋ ਸਾਰੇ ਹੀ ਫੈਕਟਰ ਉਹਦੇ ਵਿੱਚ ਆਉਂਦੇ ਆ, ਪਲੱਸ ਜਿਹੜੀ ਗੱਲ ਮੈਂ ਕੀਤੀ ਕਿ ਲੋਕਾਂ ਦੀ ਪਰਸੈਪਸ਼ਨ ਕੀ ਆ ਉਸ ਪਰਟੀਕੁਲਰ ਏਰੀਆ ਦੀ। ਸੋ ਸਾਰੀਆਂ ਚੀਜ਼ਾਂ 'ਤੇ ਫੋਕਸ ਕੀਤਾ ਜਾਏਗਾ ਔਰ ਉਸ ਬੇਸ 'ਤੇ ਐਨਾਲਾਈਜ਼ ਕੀਤਾ ਜਾਏਗਾ ਕਿ ਕਿਹਦੀ ਕਿਸ ਤਰ੍ਹਾਂ ਦੀ ਪਰਫੋਰਮੈਂਸ ਆ। ਲੋਕਾਂ ਤੋਂ ਫੀਡਬੈਕ ਬੜੀਆਂ ਫੋਰਮਸ ਦੇ ਵਿੱਚ ਆਉਂਦਾ, ਲੋਕ ਫੋਨ ਕਰਕੇ ਵੀ ਫੀਡਬੈਕ ਦਿੰਦੇ ਆ, ਥਰੂ ਆਪਣੇ ਜਿਹੜੇ ਸਾਡੇ ਸੋਰਸਿਸ ਆ ਉਹਦੇ ਥਰੂ ਵੀ ਲੈ ਸਕਦੇ ਹਾਂ, ਜਿਹੜੇ ਪਬਲਿਕ ਮਿਲਦੀ ਆ ਉਹ ਵੀ ਫੀਡਬੈਕ ਦਿੰਦੀ ਆ। ਸੋ ਸਾਰੇ ਜਿਹੜੇ ਆਪਾਂ ਕਹਿ ਲਓ ਮਲਟੀਪਲ ਫੈਕਟਰਸ ਜਿਹੜੇ ਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਕਿਉਂਕਿ ਸਭ ਤੋਂ ਵਿਜੀਬਲ ਤਾਂ ਰਿਕਵਰੀ ਹੁੰਦੀ ਆ ਜਿਹੜੀ ਦਿਖਦੀ ਆ, ਜਿਹਦੇ ਵਿੱਚ ਬੰਦਾ ਦੱਸਦਾ ਕਿ ਮੈਂ ਆਹ ਰਿਕਵਰੀ ਕੀਤੀ। ਫਿਰ ਜੇ ਆਪਾਂ PO ਫੜਦੇ ਉਹ ਹੁੰਦੀ ਆ, ਬਾਕੀ ਜਿਹੜੇ ਕਈ ਤਰ੍ਹਾਂ ਦੇ ਹੋਰ ਫੈਕਟਰ ਨੇ ਜਿਹੜੇ ਕਿ ਸਾਹਮਣੇ ਤੁਰੰਤ ਨਹੀਂ ਆਉਂਦੇ, ਪਰ ਹੌਲੀ ਹੌਲੀ ਉਹਦਾ ਇੰਪੈਕਟ, ਜਿੱਦਾਂ ਹਫ਼ਤਾ ਆਪਾਂ ਕਹਿ ਰਹੇ ਹਾਂ 15-20 ਦਿਨਾਂ ਤੱਕ ਉਹਦਾ ਇੰਪੈਕਟ ਆਉਣਾ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਉਸ ਚੀਜ਼ ਦਾ। ਕਿੱਦਾਂ ਸਮਝੀਏ ਸਰ ਕਿ ਇੰਡੀਪੈਂਡੈਂਟ ਫੀਡਬੈਕ ਕਿੱਦਾਂ ਲਏਗੀ ਪੁਲਿਸ ਕਿਸੇ ਏਰੀਆ ਦੀ, ਕਿਸੇ ਪੁਲਿਸ ਸਟੇਸ਼ਨ ਦੀ, ਕਿ ਪ੍ਰੈਵਲੈਂਸ ਆਫ ਡਰੱਗਸ ਕੀ ਹੈ, ਕਿੰਨੀ ਇਸ 'ਤੇ ਜਿਹੜਾ ਚੈੱਕ ਹੋ ਰਿਹਾ, ਡਿਟਰੈਂਸ ਕਿੱਦਾਂ ਹੈ ਸਮਗਲਿੰਗ 'ਤੇ, ਇੰਡੀਪੈਂਡੈਂਟ ਫੀਡਬੈਕ ਕਿੱਦਾਂ ਲਏਗੀ ਪੁਲਿਸ ਕਿਸੇ ਫੰਕਸ਼ਨਿੰਗ 'ਤੇ? ਬੜੇ ਤਰੀਕੇ ਹੁੰਦੇ ਆ ਜੀ, ਸਾਡੇ ਪਬਲਿਕ ਰਿਪ੍ਰੈਜੈਂਟੇਟਿਵਸ ਨੇ, ਚਾਹੇ ਉਹ ਉੱਤੋਂ ਲੈ ਕੇ ਆਪਾਂ ਕਿ MLA ਸਾਹਿਬਾਨ ਤੋਂ ਲੈ ਕੇ ਸਰਪੰਚ ਤੱਕ, ਪੰਚ ਤੱਕ, ਪਿੰਡ ਦੇ ਵਿੱਚ ਕਈ ਤਰ੍ਹਾਂ ਦੇ ਮੋਤਬਾਰ ਬੰਦੇ, ਆਮ ਪਬਲਿਕ, ਸੋ ਸਾਰਿਆਂ ਦੇ ਨਾਲ ਹੀ ਗੱਲ ਕੀਤੀ ਜਾਂਦੀ ਹੈ। ਕਈ ਵਾਰੀ ਸਾਰਿਆਂ ਤੋਂ ਫੀਡਬੈਕ ਲਿਆ ਜਾਂਦਾ, ਜਿੱਥੇ ਅਸੀਂ ਬੈਠਦੇ ਇੱਥੇ ਵੀ ਬਹੁਤ ਸਾਰੇ ਲੋਕ ਅਲੱਗ ਅਲੱਗ ਏਰੀਆਜ਼ ਤੋਂ ਆਉਂਦੇ ਆ, ਔਫਿਸਰਸ ਨੂੰ ਮਿਲਦੇ ਆ ਉਹਨਾਂ ਤੋਂ। ਸੋ ਬੜੇ ਤਰੀਕੇ ਹੁੰਦੇ ਆ ਫੀਡਬੈਕ ਲੈਣ ਦੇ, ਜਿੱਥੋਂ ਤੁਹਾਨੂੰ ਇੱਕ ਅੰਦਾਜ਼ਾ, ਦੇਖੋ ਇੱਕ ਆਮ ਬੰਦਾ ਜਿਹੜਾ ਪਿੰਡ 'ਚ ਰਹਿ ਰਿਹਾ ਨਾ, ਉਹਨੂੰ ਤਕਰੀਬਨ ਸਾਰਾ ਪਤਾ ਹੁੰਦਾ ਹੈ, ਉਹ ਤੁਹਾਨੂੰ ਬਿਲਕੁਲ ਸਹੀ ਪਿਕਚਰ ਦੱਸਦਾ ਹੈ ਵੀ ਕੀ ਸਥਿਤੀ ਅੱਜ ਦੀ। ਸੋ ਉਹ ਸਥਿਤੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਹੋਰ ਆਪਾਂ ਨੂੰ ਦੇਖਿਓ ਹਫ਼ਤੇ ਬਾਅਦ, ਹੁਣ ਹਫ਼ਤਾ ਹੋਇਆ, 15 ਦਿਨਾਂ ਬਾਅਦ, 21 ਦਿਨਾਂ ਬਾਅਦ ਆਪਾਂ ਨੂੰ ਇੰਪੈਕਟ ਜਿਹੜਾ ਉਹਦਾ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਉਸ ਚੀਜ਼ ਦਾ। ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕਈ ਜਗ੍ਹਾ ਹੁੰਦਾ ਸਰ ਕਿ ਜਿਹੜੇ ਕੋਪਸ ਨੇ, ਪੰਜਾਬ ਪੁਲਿਸ ਦੇ ਜਿਹੜੇ ਪਰਸਨਲ ਨੇ, ਉਹਨਾਂ ਦੇ ਖਿਲਾਫ਼ ਵੀ ਕੰਪਲੇਂਟਸ ਆਉਂਦੀਆਂ ਨੇ, ਇੰਡੀਪੈਂਡੈਂਟਲੀ ਫੇਅਰਲੀ ਕੰਮ ਨਹੀਂ ਕਰਦੇ ਨੇ ਡਰੱਗ ਸਮਗਲਰਸ ਦੇ ਖਿਲਾਫ਼, ਹੈ ਨਾ? ਉਸ ਵੈਸੇ ਮਾਮਲਿਆਂ ਦੇ ਵਿੱਚ ਕੀ ਤੁਹਾਡਾ ਉਹ ਰਹਿਣਗੇ ਕਿ ਕਿੱਦਾਂ ਉਸਨੂੰ ਤੁਸੀਂ ਚੈੱਕ ਕਰੋਗੇ ਕਿ ਪੁਲਿਸ ਦੀ ਜਿਹੜੀ ਉਹ ਹੈ ਕਨਵੀਨੈਂਸ ਕਈ ਮਾਮਲਿਆਂ ਦੇ ਵਿੱਚ ਉਹ ਉਸਨੂੰ ਚੈੱਕ ਕੀਤਾ ਜਾਵੇ? ਦੇਖੋ, ਜੇ ਤਾਂ ਕਿਸੇ ਦੀ ਡਾਇਰੈਕਟ ਇਨਵੋਲਵਮੈਂਟ ਆਉਂਦੀ ਹੈ ਉਹਦੇ ਵਿੱਚ ਤਾਂ ਬੜੀਆਂ ਸਖਤ ਹਦਾਇਤਾਂ ਨੇ, ਤੁਰੰਤ FIR ਦਰਜ ਹੋਵੇ, ਪੁਲਿਸ ਅਫੀਸ਼ੀਅਲ ਕਿਸੇ ਵੀ ਲੈਵਲ ਦਾ ਹੋਵੇ ਉਹ ਅਰੈਸਟ ਹੋਣਾ ਚਾਹੀਦਾ ਉਹਦੇ ਵਿੱਚ, ਔਰ ਡਿਪਾਰਟਮੈਂਟ ਇਲੈਕਸ਼ਨ ਜਿਹੜਾ ਸਖਤ ਉਹਦੇ ਖਿਲਾਫ਼ ਲਿਆ ਜਾਣਾ ਚਾਹੀਦਾ। ਦੂਸਰੀ ਗੱਲ ਹੈ ਕਿ ਕਈ ਵਾਰੀ ਕੋਈ ਸਪਸ਼ਟ ਤੌਰ 'ਤੇ ਨਹੀਂ ਆਉਂਦਾ, ਉਹ ਵੀ
ਆਪਾਂ ਹਿਡਨ ਤੌਰ ਤੇ ਕਹਿ ਲਓ ਜਾਂ ਸੀਕ੍ਰੀਟਲੀ ਕਹਿ ਲਓ ਡਿਸਕ੍ਰੀਟਲੀ ਕਹਿ ਲਓ ਉਸ ਚੀਜ਼ ਨੂੰ ਵੀ ਐਨਾਲਾਈਜ਼ ਕਰਦੇ ਆ ਔਰ ਉਹਨਾਂ ਦੇ ਖਿਲਾਫ ਵੀ ਕਾਰਵਾਈ ਜਿਹੜੀ ਕੀਤੀ ਜਾਏਗੀ ਉਸ ਚੀਜ਼ ਦੀ। ਸਿਵਲ ਐਡਮਿਨਿਸਟ੍ਰੇਸ਼ਨ ਦੀ ਕਿੱਦਾਂ ਪਾਰਟਿਸਪੇਸ਼ਨ ਤੁਸੀਂ ਕਰਾਓਗੇ ਸਰ, ਕਿਉਂਕਿ ਜਦੋਂ ਪੁਲਿਸ ਜਿਹੜੀ ਹੈ ਉਹ ਕਰੈਕਡਾਊਨ ਕਰਦੀ ਹੈ ਡਰੱਗਸ ਦੇ ਉੱਤੇ, ਉਦੋਂ ਇਹ ਹੁੰਦਾ ਹੈ ਕਿ ਜਿਹੜੇ ਵਿਥਡਰਾਅਲ ਸਿੰਪਟਮਸ ਨੇ ਉਹ ਬਹੁਤ ਜ਼ਿਆਦਾ ਆਉਂਦੇ ਨੇ, ਜਿਹੜੇ ਡੀ ਐਡਿਕਸ਼ਨ ਸੈਂਟਰਸ ਨੇ ਉਹ ਭਰ ਜਾਂਦੇ ਨੇ ਥੋੜ੍ਹੇ ਟਾਈਮ ਤੱਕ, ਜਿਹੜੇ ਕੁਛ ਇੱਕ ਲੋਕ ਨੇ ਉਹ ਡੀ ਐਡਿਕਸ਼ਨ ਉਸ ਤੋਂ ਨਿਕਲ ਜਾਂਦੇ ਨੇ ਫਿਰ ਦੁਬਾਰਾ ਉਸ 'ਤੇ ਰੀਲੈਪਸ ਕਰ ਜਾਂਦੇ ਨੇ ਬੇਸਿਕਲੀ ਪੇਸ਼ੈਂਟਸ, ਇਸ ਚੀਜ਼ ਨੂੰ ਕਿੱਦਾਂ ਖਾਸ ਕਰ ਰੀਲੈਪਸ ਦਾ ਜਿਹੜਾ ਸਿਸਟਮ ਹੈ? ਨਹੀਂ ਦੇਖੋ, ਰੀਹੈਬਲੀਟੇਸ਼ਨ ਵੀ ਇਕੁਅਲੀ ਇੰਪੋਰਟੈਂਟ ਹੈ। ਜਦੋਂ ਆਪਾਂ ਕਿਸੇ ਏਰੀਆ 'ਚ ਸਖਤੀ ਕਰਦੇ ਹਾਂ ਤਾਂ ਜਿਹੜੇ ਕਰੋਨਿਕ ਡਰੱਗ ਅਡਿਕਟਸ ਹੁੰਦੇ ਆ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ, ਉਹਦੇ ਲਈ ਕੰਸਰਨ ਜਿਹੜੇ ਯੂਨਿਟ ਆ ਰੀਹੈਬਲੀਟੇਸ਼ਨ ਵਾਸਤੇ ਸਭ ਤੋਂ ਜ਼ਿਆਦਾ ਯੋਗਦਾਨ ਜਿਹੜਾ ਹੈਲਥ ਡਿਪਾਰਟਮੈਂਟ ਦਾ ਹੁੰਦਾ, ਸੋ ਉਹਨਾਂ ਤੋਂ ਵੀ ਯੋਗਦਾਨ ਲਿਆ ਜਾਏਗਾ ਕਿਉਂਕਿ ਓਵਰਆਲ ਆਪਾਂ ਸੁਸਾਇਟੀ ਨੂੰ ਇੰਪਰੂਵ ਕਰਨਾ ਹੈ। ਡਰੱਗਸ ਫੜ ਲਏ, ਇਨਫੋਰਸਮੈਂਟ ਕਰਤੀ, ਅਵੇਲੇਬਿਲਟੀ ਘੱਟ ਗਈ, ਜਿਹੜੇ ਅਡਿਕਟਸ ਨੇ ਉਹਨਾਂ ਨੂੰ ਵਿਦਰੋਲ ਸਿਮਟਮਸ ਆਉਣ ਲੱਗ ਗਏ, ਉਹਨਾਂ ਨੂੰ ਰੀਹੈਬਲੀਟੇਟ ਕਰਾਉਣਾ ਵੀ ਇਕੁਅਲੀ ਇੰਪੋਰਟੈਂਟ ਹੁੰਦਾ। ਉਸ ਤੋਂ ਬਾਅਦ ਜਿਹੜੀ ਤੁਸੀਂ ਰਿਲੈਪਸ ਦੀ ਗੱਲ ਕੀਤੀ, ਉਹਦੇ ਵਾਸਤੇ ਫੋਲੋ ਅਪ ਜ਼ਰੂਰੀ ਹੁੰਦਾ ਹੈ ਕਿ ਕਿਸੇ ਵੀ ਪਿੰਡ ਦੇ ਵਿੱਚ ਜਾਂ ਮੁਹੱਲੇ ਦੇ ਵਿੱਚ ਜੇ 10 ਡਰੱਗ ਅਡਿਕਟ ਨੇ ਇੱਕ ਵਾਰੀ ਰੀਹੈਬਲੀਟੇਟ ਕਰਤਾ ਉਹਨਾਂ ਨੂੰ ਫੋਲੋ ਅਪ ਕੀਤਾ ਜਾਵੇ। ਸੋ ਉਹ ਇੱਕ ਉਹਦਾ ਵੀ ਇੱਕ ਸਿਸਟਮ ਐਨਾਲਾਈਜ਼ ਕਰਕੇ ਸਿਸਟਮ ਬਣਾਇਆ ਜਾਏਗਾ ਕਿ ਪ੍ਰੋਪਰ ਫੋਲੋ ਅਪ ਹੋਵੇ। ਜਿੱਦਾਂ ਆਪਾਂ ਵੂਮੈਨ ਸੈਲਸ ਦੇ ਵਿੱਚ ਸ਼ੁਰੂ ਕੀਤਾ ਸੀਗਾ ਵੀ ਜਦੋਂ ਆਪਾਂ ਵਸਾ ਦਿੰਦੇ ਘਰ ਨੂੰ ਫਿਰ ਆਪਾਂ ਉਹਨੂੰ 15-20 ਦਿਨਾਂ ਬਾਅਦ 2 ਮਹੀਨੇ ਬਾਅਦ ਜਾ ਕੇ ਦੇਖਦੇ ਹਾਂ ਕਿ ਠੀਕ ਚੱਲ ਰਿਹਾ ਜੀ। ਸਿਮੀਲਰਲੀ ਇੱਦਾਂ ਦਾ ਕੋਈ ਮੈਕਨਿਜ਼ਮ ਡਿਵੈਲਪ ਕੀਤਾ ਜਾਏਗਾ ਕਿ ਜਿਨ੍ਹਾਂ ਦੀ ਰੀਹੈਬਲੀਟੇਸ਼ਨ ਹੋ ਜਾਵੇ ਕਿ ਉਹ ਰਿਲੈਪਸ ਤਾਂ ਨਹੀਂ ਕਰ ਰਹੇ, ਜੇ ਕੋਈ ਕੁਛ ਪਰਸੈਂਟੇਜ ਕਰਦੇ ਉਹਨਾਂ ਨੂੰ ਦੁਬਾਰਾ ਰੀਹੈਬਲੀਟੇਟ ਜਿਹੜਾ ਕੀਤਾ ਜਾਵੇ, ਤਾਂ ਜੋ ਅਲਟੀਮੇਟਲੀ ਆਪਣਾ ਇਹ ਵਾ ਕਿ ਹਰ ਇਨਸਾਨ ਨੂੰ ਇਸ ਜਿਹੜਾ ਕਹਿ ਲਓ ਕਿ ਇਸ ਕੋਰਟ ਤੋਂ ਆਪਾਂ ਮੁਕਤ ਕਰਾਉਣਾ ਇਸ ਚੀਜ਼ ਤੋਂ। ਲਾਸਟਲੀ ਪ੍ਰੋਬਲਮ ਟੌਪ ਟੂ ਬੋਟਮ ਚੱਲਦੀ ਹੈ, ਬੜੇ ਜਿਹੜੇ ਬਿਗ ਫਿਸ਼ਿਜ਼ ਨੇ ਉਹਨਾਂ ਨੂੰ ਕਿੱਦਾਂ ਆਈਡੈਂਟੀਫਾਈ ਕਰ ਰਹੇ ਹੋ, ਕੀ ਸਟ੍ਰੈਟਜੀਜ਼ ਤੁਸੀਂ ਅਡੋਪਟ ਕਰ ਰਹੇ ਹੋ ਤਾਂ ਕਿ ਬੜੇ ਫਿਸ਼ਿਜ਼ ਜਿਹੜੇ ਨੇ ਬਿਗ ਫਿਸ਼ਿਜ਼ ਉਹਨਾਂ ਨੂੰ ਪਕੜਿਆ ਜਾਏ, ਇਸ ਸਾਰੇ ਉਸਦੇ ਵਿੱਚ ਇਨਵੋਲਵ ਨੇ ਜਿਹੜੇ? ਦੇਖੋ, ਇਹਦੇ ਵਿੱਚ ਇੱਕ ਤਾਂ ਇਹ ਕਿਹਾ ਗਿਆ ਕਿ ਹਰ FIR ਨੂੰ ਪ੍ਰੋਪਰਲੀ ਐਨਾਲਾਈਜ਼ ਕੀਤਾ ਜਾਵੇ, ਚਾਹੇ ਉਹ ਘੱਟ ਕੁਆਂਟਿਟੀ ਦੀ ਹੋਵੇ ਜ਼ਿਆਦਾ ਕੁਆਂਟਿਟੀ ਦੀ ਹੋਵੇ, ਉਹਦੇ 'ਚ ਬੈਕਵਰਡ ਲਿੰਕੇਜ ਤੱਕ ਜਾਇਆ ਜਾਵੇ। ਜਦੋਂ ਆਪਾਂ ਬੈਕਵਰਡ ਲਿੰਕੇਜ 'ਤੇ ਜਾਵਾਂਗੇ ਤਾਂ ਅਲਟੀਮੇਟਲੀ ਆਪਾਂ ਕਿਸੇ ਨਾ ਕਿਸੇ ਸਟੇਜ 'ਤੇ ਮਿਡਲ ਰੰਗ ਵਾਲੇ ਨਾਲ ਜਾਂ ਮੇਨ ਬੰਦੇ ਦੇ ਤੱਕ ਪਹੁੰਚਾਂਗੇ। ਸੋ ਜੇ ਇਨਵੈਸਟੀਗੇਸ਼ਨ ਪ੍ਰੋਪਰ ਹੋਏਗੀ, ਲਿੰਕੇਜ ਪ੍ਰੋਪਰ ਅਸਟੈਬਲਿਸ਼ ਹੋਣਗੇ ਤਾਂ ਆਪਣੇ ਆਪ ਆਪਾਂ ਉਹਨਾਂ ਤੱਕ ਪਹੁੰਚਾਂਗੇ। ਪਰ ਉਹਦੇ ਲਈ ਇੱਕ ਡਿਟਰਮੀਨੇਸ਼ਨ, ਇੱਕ ਡੈਡੀਕੇਸ਼ਨ ਚਾਹੀਦੀ ਹੈ ਹਰ ਲੈਵਲ ਦੇ ਉੱਤੇ, ਜਿਹੜੀ ਕਿ ਲਿਆਂਦੀ ਜਾਏਗੀ ਪੁਲਿਸ ਦੇ ਵਿੱਚ। IG ਹੈੱਡਕੁਆਟਰ ਸੁਖਚੈਨ ਸਿੰਘ ਗਿੱਲ ਸੀਗੇ ਅਤੇ ਸਾਫ਼ ਕਰ ਰਹੇ ਸੀਗੇ ਪੁਲਿਸ ਫੋਰਸ ਦੀ ਜਿਹੜੀ ਮੰਸ਼ਾ ਹੈ ਕਿ ਡਰੱਗਸ ਜਿਹੜਾ ਹੈ, ਡਰੱਗਸ ਦਾ ਜਿਹੜਾ ਮੈਨੇਸ ਹੈ ਉਸਨੂੰ ਪੰਜਾਬ ਵਿੱਚ ਚੈੱਕ ਕੀਤਾ ਜਾਵੇਗਾ ਅਤੇ ਓਵਰਆਲ ਜਿਹੜੀ ਹੈ ਮਲਟੀਪ੍ਰੋਂਗ ਸਟ੍ਰੈਟਜੀ ਜਿਹੜਾ ਹੈ ਉਹ ਇਨਫੋਰਸ ਕੀਤੀ ਜਾਏਗੀ ਤਾਂ ਕਿ ਡਰੱਗਸ ਦਾ ਇਸ਼ੂ ਜਿਹੜਾ ਹੈ ਉਸਨੂੰ ਪੰਜਾਬ ਦੇ ਵਿੱਚ ਚੈੱਕ ਕੀਤਾ ਜਾਵੇਗਾ। ਮੈਂ ਪ੍ਰਸੰਨ ਲਾਲ ਦਾ ਪ੍ਰਸਾਦ ਦੇ ਨਾਲ ਸਚਿਨ ਕੁਮਾਰ VP ਸਾਂਝਾ ਚੰਡ